ਪਾਸ਼ਾ ਸਾਹਿਬ, ਇੱਕ ਨਾ ਬਾਦਸ਼ਾਹ ਸਲਾਮਤ ਸੀਗੇ, ਹਾਂਜੀ, ਉਹਨਾਂ ਨੇ ਨਾ ਰਾਤ ਨੂੰ ਗਿੱਦੜਾਂ ਦੀਆਂ ਆਵਾਜ਼ਾਂ ਸੁਣੀਆਂ। ਤੇ ਉਹਨੇ ਆਪਣੇ ਵਜ਼ੀਰ ਨੂੰ ਕਿਹਾ ਵੀ ਇਹਨਾਂ ਦਾ ਪਤਾ ਕਰੋ, ਇਹ ਕਿਉਂ ਰੌਲਾ ਪਾਉਣ ਡੇ, ਖੋਰੂ ਪਾਇਆ ਇਹਨਾਂ ਨੇ। ਹੁਣ ਵਜ਼ੀਰ ਵੀ ਅੱਗੋਂ ਚਾਤਰ ਸੀਗਾ, ਉਹ ਆਇਆ, ਉਹਨੇ ਕਿਹਾ ਬਾਦਸ਼ਾਹ ਸਲਾਮਤ ਭੁੱਖ ਦੇ ਮਾਰੇ ਹੋਏ ਰੌਲਾ ਪਾਉਂਦੇ ਆ, ਇਹ ਭੁੱਖੇ ਆ। ਉਹਨੇ ਕਿਹਾ ਖਜ਼ਾਨੇ ਚੋਂ ਇਹਨਾਂ ਲਈ ਲੰਗਰ ਪਾਣੀ ਦਾ ਬੰਦੋਬਸਤ ਕਰੋ। ਉਹਨੇ ਕਿਹਾ ਜੀ ਹੋ ਜਾਂਦਾ। ਅੱਛਾ, ਹੁਣ ਉਹਨੇ ਜਨਾਬੇ ਵਾਲੀ ਸਮਾਨ ਚੱਕਿਆ, ਕੁਛ ਆਪਣੇ ਘਰ ਪਹੁੰਚਾਤਾ, ਕੋਈ ਰਿਸ਼ਤੇਦਾਰਾਂ ਤਲਕਦਾਰਾਂ ਕੋਲ ਪਹੁੰਚਾਤਾ। ਹੁਣ ਗਿੱਦੜਾਂ ਨੇ ਤਾਂ ਫੇਰ ਰੌਲਾ ਪਾਉਣਾ ਹੀ ਪਾਉਣਾ ਸੀ, ਅਗਲੇ ਦਿਨ ਉਹ ਫੇਰ ਰੌਲਾ ਪਾਉਣ। ਬਾਦਸ਼ਾਹ ਨੇ ਫੇਰ ਵਜ਼ੀਰ ਨੂੰ ਸੱਦ ਲਿਆ, ਉਹਨੂੰ ਕਿਹਾ ਇੱਧਰ ਆ ਓਏ। ਉਹਨੇ ਕਿਹਾ ਤੈਨੂੰ ਕੱਲ ਕਿਹਾ ਸੀ ਵੀ ਇਹਨਾਂ ਦਾ ਕੋਈ ਬੰਦੋਬਸਤ ਕਰ, ਇਹ ਫੇਰ ਨੀ ਚੁੱਪ ਕੀਤੇ, ਫੇਰ ਖੋਰੂ ਪਾਉਣ ਡਏ ਆ। ਉਹਨੇ ਕਿਹਾ ਬਾਦਸ਼ਾਹ ਸਲਾਮਤ, ਰੋਟੀ ਪਾਣੀ ਦਾ ਬੰਦੋਬਸਤ ਇਹਨਾਂ ਦਾ ਹੋ ਗਿਆ ਸੀ, ਪਰ ਹੁਣ ਇਹਨਾਂ ਦੇ ਬਿਸਤਰੇ ਜਿਹੜੇ ਆ ਨਾ, ਠੰਡ ਦੇ ਮਾਰੇ ਹੋਏ ਇਹ ਚੀਕਾਂ ਮਾਰਦੇ ਆ, ਇਹਨਾਂ ਦੇ ਕੋਈ ਬਿਸਤਰਿਆਂ ਦਾ ਬੰਦੋਬਸਤ ਵੀ ਕਰੀਏ। ਅੱਛਾ, ਬਾਦਸ਼ਾਹ ਨੇ ਕਿਹਾ ਵੀ ਖਜ਼ਾਨੇ ਚੋਂ ਵੀ ਕੀਤਾ ਜਾਓ, ਖਜ਼ਾਨੇ ਚੋਂ ਵੀ ਕੀਤਾ ਜਾਵੇ। ਅੱਛਾ, ਉਸ ਤੋਂ ਬਾਅਦ ਜਨਾਬੇ ਵਾਲੀ ਉਹਨੇ ਉਹੀ ਕੰਮ ਕੀਤਾ, ਬਿਸਤਰੇ ਕੁਛ ਆਪਣੇ ਘਰਾਂ ਚ ਭੇਜੇ, ਕੁਛ ਆਪਣੇ ਤਲਕਦਾਰਾਂ ਚ ਰਿਸ਼ਤੇਦਾਰਾਂ ਚ ਭੇਜ ਦਿੱਤੇ। ਹੁਣ ਅਗਲੇ ਦਿਨ ਬਾਂਦਰ ਆਪਣਾ ਗਿੱਦੜ ਫੇਰ ਰੌਲਾ ਪਾਉਣ, ਫੇਰ ਚੀਕਾਂ ਮਾਰਨ, ਚੀਕਾਂ ਮਾਰਨ ਉਹਨਾਂ ਦਾ ਕੰਮ ਸੀ। ਉਹਨੇ ਕਿਹਾ ਵੀ ਇੱਧਰ ਆਓ ਯਾਰ, ਆ 2 ਦਿਨ ਹੋ ਗਏ ਆ, ਇੰਨਾ ਕੁਛ ਇਹਨਾਂ ਲਈ ਕਰਦਾ ਹੈ, ਫੇਰ ਚੀਕਾਂ ਮਾਰਨ ਡੇ ਆ, ਰੋਂਦੇ ਆ। ਉਹਨੇ ਕਿਹਾ ਜੀ ਮੈਂ ਪਤਾ ਕਰਕੇ ਆਉਣਾ। ਉਹ ਬਾਹਰੋਂ ਗਿਆ, ਗੇੜੀ ਗੁੜੀ ਦੇ ਕੇ ਆਇਆ। ਉਹਨੇ ਉਸ ਤੋਂ ਬਾਅਦ ਆ ਕੇ ਇਹ ਗੱਲ ਕਹੀ, ਉਹਨੇ ਕਿਹਾ ਬਾਦਸ਼ਾਹ ਸਲਾਮਤ ਘਬਰਾਉਣ ਦੀ ਕੋਈ ਲੋੜ ਨੀ ਹੈਗੀ, ਕਿ ਜੋ ਕੁਛ ਤੁਸੀਂ ਇੱਥੇ ਨਿਵਾਸ਼ਾਂ ਕੀਤੀਆਂ ਨਾ, ਇਹ ਉਹਦਾ ਸ਼ੁਕਰੀਆ ਅਦਾ ਕਰਦੇ ਆ, ਔਰ ਉਹਨਾਂ ਨੇ ਅੱਜ ਹੀ ਨੀ ਕਰਨਾ, ਇਹਨਾਂ ਨੇ ਰੋਜ਼ ਕਰਿਆ ਕਰਨਾ ਆ। ਉਹ ਹਿਸਾਬ ਸਾਡੀ ਆਵਾਮ ਦਾ ਆ, ਉਹ ਜੋ ਕੁਛ ਬਾਹਰੋਂ IMF ਦਿੰਦੀ ਆ, ਉਹ ਸਾਰਾ ਆਪ ਖਾ ਪੀ ਜਾਂਦੇ ਆ, ਤੇ ਆਵਾਮ ਦੀਆਂ ਚੀਕਾਂ ਚਗਾੜ ਜਿਹੜੇ ਆ ਉਹ ਉਹਨਾਂ ਨੂੰ ਸੁਣਦੇ ਨੀ, ਉਹ ਸ਼ਾਇਦ ਸਾਡੇ ਉਹ ਵੀ ਚੀਜ਼ ਨੂੰ ਸ਼ੁਕਰੀਏ ਦੇ ਵਿੱਚ ਲੈਂਦੇ ਹੋਣ, ਵੀ ਇਹ ਸ਼ੁਕਰੀਆ ਅਦਾ ਕਰਦੇ ਆ। ਏਦਾਂ ਹੀ ਆ ਬਾਈ, ਕੋਈ ਸ਼ੱਕ ਨੀ ਜੀ, ਬਸ ਜੀ।